بسم اللہ الرحمن الرحیم السلام علیکم اج صاحب مر مت کار تو سب ٹھیک ٹھاک ہو گئے صبح صبح ਦਾ ਟਾਈਮ ਹੈ ਤੇ ਨਾਸ਼ਤਾ ਕਰਨ ਲੱਗੇ ਆ ਤੇ ਅੱਜ ਦੇ ਨਾਸ਼ਤੇ ਦੇ ਵਿੱਚ ਮੂਲੀ ਵਾਲਾ پراਠਾ ਆ ਦੇਖੋ ਤੁਹਾਨੂੰ ਇੱਕ ਮਜ਼ਦਰ ਗੱਲ ਸੁਣਾਣੀ ਹੈ ਜਿੱਦਾਂ ਨਾ ਮੇਰਾ ਗੋੜੀ ਸਾਜਣਾ ਮੇਰੇ ਤਾਂ ਮੇਰੇ ਕੰਨ ਨਹੀਂ ਆ ਸਰੀ ਨਹੀਂ ਇਹ ਫੁੱਲ ਪੇਰ ਲਾਲ ਫੁੱਲ ਪੇਰ ਨਹੀਂ 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 ਆਹੀ ਬਾੜ ਜੋਲ ਅਸਲਾਮੁਅਲਿਕ ਠੀਕ ਹੈ ਠੀਕ ਠਾਕ ਤੋ ਸੁਣਾਓ ਚਿੱਟੇ ਹੋਏ ਉਹ ਬਾਬਾ ਜੀ ਆਹੋ ਕਿੰਨੀ ਤਰੀਕ ਨਾਲ ਆਉਣਾ ਚੇ 28 ਨੂੰ ਆਮੂ ਜੀ ਮੇਰਜੋਗਾ ਸੋਦੀਆ ਚ ਕੀ ਲੈ ਕੇ ਹੋਣੇ ਪਲ ਤੁਸੀਂ ਆ ਦੱਸੋ ਕੀ ਲੈ ਕੇ ਆਵਾ ਦੱਸੋ ਨਾ ਕੀ ਲੈ ਕੇ ਆਓਗੇ ਲੋਕਾਂ ਦੇ ਮਾਮੇ ਚਾਚੇ ਨੇ ਕੀ ਹੁੰਦਾ ਲੈ ਕੇ ਨੇ ਮੇਰੇ ਮਾਮੇ ਗਏ ਜੋ ਦੁਬਾਰਾ ਜਦੋਂ ਵੱਡਾ ਹੋ ਗਿਆ ਤੂੰ ਵੱਡਾ ਹੋ ਗਿਆ ਨਾ ਹੁਣ ਨਹੀਂ ਨਾ ਕੋਈ ਸ਼ੈ ਵੀ ਨਹੀਂ ਨਹੀਂ ਹਜੇ ਵੀ ਬੇਬਾਸ਼ ਆ ਮੈਂ ਹਾਂ ਦਾ ਕਦਾ ਬੰਦਾ ਫਰਦਸਦਾ ਹੁੰਦਾ ਐ 28 ਤਰੀਕ ਨੂੰ ਮੇਰਾ ਮਾਮੂਰਾ ਨੇ ਉਹਨਾਂ ਸੋਧਿਆ ਚ ਤਿੰਨ ਸ਼ਾਲਾ ਕੋਸ਼ਿਸ਼ ਕਰਾਂਗੇ ਸਿਵੀ ਜਿਹੜਾ ਨੇ ਲੈਣ ਜਾਇਆ ਮਾਮੂਰਾ ਨੇ 에어ਪੋਰਟ ਚ ਮਲਤਾਨ ਚੋਂ ਤੇ ਜਿਹੜਾ ਨੇ ਤੁਸੀਂ ਸਾਰਿਆਂ ਨੇ ਕਮੈਂਡ ਕਰਕੇ ਆ ਦੱਸੋ ਵੀ ਮਾਮੂਰਾ ਨੂੰ ਕੀ ਮਗਵਾਵਾ ਸੋਧਿਆ ਚ ਬਹੁਤੀ ਮਹਿੰਗੀ ਚੀਜ਼ ਵੀ ਨਾ ਤੇ ਬਹੁਤ ਸਸਤੀ ਵੀ ਨਾ ਐ ਤੇ ਕਮੈਂਡ ਕਰਕੇ ਜ਼ਰੂਰ ਦੱਸੋ ਮਗਵਾਵਾ ਕੁਝ ਨਾ ਕੁਛ ਆ ਸਵਾ 12 ਦਾ ਟਾਈਮ ਹੋ ਗਿਆ ਸਵੇਰ ਰੋਟੀ ਖਾ ਕੇ ਚਾਹ ਪੀਤੀ ਸੀ ਫੇਰ ਚਾਹ ਪੀਤੀ ਸੀ ਤੇ ਸਵਾ 12 ਵਜੇ ਫੇਰ ਚਾਹ ਪੱਗ ਗਈ ਸਾਡੇ ਘਰ ਕਿਉਂਕਿ ਛੇਵਾ ਦੇ ਨੇ ਤੇ ਸੂਰਜ ਦਾ ਕੋਈ ਹੱਤਾ ਪਤਾ ਹੀ ਨਹੀਂ ਸੂਰਜ ਸਰ ਪੰਡ ਜਰਾ ਸਾਹੀ ਗਾਲੇ ਠੰਡ ਲੈ ਕੇ ਬੈ ਗਈਏ ਬismillahirrahmanirrahim ਸਰਦੀ ਦਾ ਕਮਾਲ ਦੁਪਹਿਰ ਵਾਲੀ ਹਵਾਵਾਂ ਰਜ਼ਾਈਆਂ ਚੱਲੀ ਐਥੇ ਕੋਈ ਨਹੀਂ ਹੋਏ ਇਧਰ ਕੌਣ ਹੈ ਅੱਛਾ ਇਧਰ ਸਹੀਬ ਹੈ ਕੀ ਕਰ ਰਹਾ ਹੈ ਮੈਂ ਸੁਤੀ ਹੂੰ ਸੁਤੀ ਹੂੰ ਤਾਂ ਮੋਬਾਈਲ ਦੀ ਲਾਈਟ ਕਿਉਂ ਬਲ ਰਹੀ ਹੈ ਬਲ ਬੰਦ ਵਡਿਆ ਨੂੰ ਠੰਡ ਲੱਗੇ ਪਾਵੇਂ ਨਾਲ ਲੱਗੇ ਬਾਰਿਸ਼ ਪੈਂਦੀ ਹੋਏ ਭਾਵੇਂ ਨਾ ਪੈਂਦੀ ਹੋਏ ਭਾਵੇਂ ਗਰਮੀ ਹੋਏ ਜੋ ਮਰਜ਼ੀ ਹੋਏ ਮਜ਼ਾ ਲੈ ਜੇ ਇਹਨਾਂ ਜਵਾਨਾਂ ਨੂੰ ਵੀ ਕੋਈ ਠੰਡ ਗਰਮੀ ਲੱਗ ਜੇ ਤੇ ਤੇ ਵਰਦੀਨ ਲਾਈ ਅੱਜ ਫੇਰ ਤੂੰ ਮੇਰੇ ਕੋ ਮਾਰ ਖਾ ਲੈਣੀ ਏ ਜਲਦੀ ਉਧਰੋਂ ਪਹਿਲਾਂ ਵਰਦੀ ਲਾ ਵਰਦੀ ਲਾ ਕੇ ਬਾਅਦ ਖੇਡੀ ਚੱਲ ਜਲਦੀ ਕਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਐ ਜਿਹੜਾ ਦਾਦਾ ਜਿਹੜਾ ਕੋ ਸਿਗਰਟ ਛਡਾਣ ਦੇ ਆ ਇੱਕ ਸਿਗਰਟ ਸਵੇਰ ਤੇ ਇੱਕ ਸ਼ਾਮ ਹਾਂਜੀ ਗੱਲ ਤੇ ਅੱਜ ਸਵੇਰ ਦੀ ਸਿਗਰਟ ਨਹੀਂ ਪੀਤੀ ਤੂੰ 1 ਵਜੇ ਲੈ ਕੇ ਆਵਾਂ ਤੇ ਤੁਹਾਨੂੰ ਲੈ ਕੇ ਆਉਣਾ ਤੇਰਾ ਹੀ ਕਿਨਾਂ ਹੈ ਮੇਰਾ ਤਾਂ ਨਹੀਂ ਚਲੋ ਮੈਂ ਲੈ ਕੇ ਆਉਣਾ ਇੱਕ ਹੋਰ ਗੱਲ ਆ ਜੀ ਡੱਬੀ ਨਾ ਖਾਲੀ ਜੀ ਕਿਤੇ ਆ ਨਾ ਕਿਉਂਕਿ ਦਾਦਾ ਜੀ ਦਸਰਾ ਨੇ ਪੀਆ ਨੇ ਸਿਗਟਾਂ ਐਵੇਂ ਸ਼ੋਰ ਰੱਖੀ ਹੈ ਦਾਦਾ ਜੀ ਪਈ ਰਹਿੰਦੇ ਤੂੰ ਹਾਂ ਪਈ ਰਹਿੰਦੋ ਦਾਦਾ ਜੀ ਅਚਾਪੀਓ ਤੇ ਮਲਾਇਆ ਕਿਹਾ ਸਿਗਟਾ ਠੀਕ ਹੈ ਤੁਹਾਨੂੰ ਸਿਗਟ ਚਾਹੀਦੀ ਨਾ ਆਹੋ ਸਿਗਟ ਤਾਂ ਲੱਭੇਗੀ ਜੇ ਮੈਨੂੰ ਮਾਲਟਾ ਦੋਗੇ ਤੇ ਆਹ ਕਿੱਧਰ ਦੀ ਗੱਲ ਹੋਈ ਉਧਰ ਦੀ ਤੇ ਠੀਕ ਰਹਾਂ ਤੇ ਸਿਗਟ ਫਿਰ ਰਹਿਣ ਦਿਓ ਮੈਨੂੰ ਬੋੜਾ ਕਹਦਾ ਜੇ ਮੀਂਹ ਮਾਲਟਾ ਮਾਲਟਾ ਦੋਗੇ ਸਿਗਟ ਲੱਭੇਗੀ ਮਾਲਟਾ ਐ ਜੇ ਵੀ ਤੇ ਆ ਪਤਾ ਲੱਗ ਗਿਆ ਅੱਜ ਮੈਂ ਨਹੀਂ ਲਾਣੀ ਅੱਜ ਮੈਂ ਨਹੀਂ ਲਾ ਓ ਮੈਂ ਅੱਜ ਸਬਕ ਪੜਨ ਰਿਆਂ ਤੂੰ ਲੋਂਦ ਨਾ ਭਾ ਮੇਰੇ ਨਾਲ ਪਰਾਂ ਉਹ ਜਾ ਤੂੰ 4 ਵਜੇ ਦਾ ਟਾਈਮ ਹੋ ਗਿਆ ਤੇ ਦੋ ਦੀ ਪ੍ਰੈਂਕ ਵੀਡੀਓ ਬਣਾਈਏ ਜ਼ਰੂਰ ਜਾ ਕੇ ਵੇਖੋ ਜਿੰਨੇ ਨਹੀਂ ਵੇਖੀ ਦੋ ਸਬਰ ਵਲੌਗ ਦੇ ਨਾਲ ਚੈਨਲ ਇਹ ਉਹਦੀ ਸਾਈਕਲ ਲੱਕਾ ਰਹੀ ਉਹਦੇ ਨਾਲ ਪ੍ਰੈਂਕ ਕੀਤਾ ਏ ਤੇ ਦੁਪਹਿਰ ਦੀਆਂ ਨਿੱਕੀਆਂ ਨਿੱਕੀਆਂ ਕਣੀਆਂ ਜਿਹੜਾ ਪੈਣ ਡੀਆਂ ਅੱਜ ਹੁਣ ਹੌਲੀ ਹੌਲੀ ਪਾਣੀ ਸਾਡੇ ਅੰਦਰੋਂ ਟੁਰ ਜਾਣਾ ਵੇਖ ਲਿਓ ਥੋੜਾ ਸਰੋਰ ਬਦਲ ਪਿਆ ਗਿਆ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਮੇਰੇ ਰੋਟੀ ਪਕਾਣ ਲਾ ਲੇ ਪੋਣ ਚਾਲਣ ਕੀ ਤਲਾ ਲਈ ਸ਼ਾਮ ਨੂੰ ਰੋਟੀ ਛੋਟੀ ਕਾ ਕੇ ਤੇ ਮੈਂ ਅਗਲਾ ਮੈਂ ਬੈ ਕੇ ਆਪਣੇ ਵੀਡੀਓ ਐਡ ਕਰਨ ਲੱਗਾ ਤੇ ਤਿੰਨ ਚਾਰ ਮਿੰਟਾਂ ਦੀ ਵੀਡੀਓ ਬਣੀ ਯਾਰ ਬਸ ਅਸਲ ਵਿੱਚ ਪਤਾ ਕੀ ਗੱਲ ਹੈ ਅਨ ਸਵੇਰ ਸਵੇਰ ਉੱਠ ਕੇ ਸਾਡੇ ਤੇ ਖਾਣ ਪੀਣ ਹੋਇਆ ਜਿਲਾਵਾ ਕੋ ਕੰਮ ਤੇ ਕੀਤਾ ਨਹੀਂ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਕਿਉਂਕਿ ਇੱਕ ਤੇ ਠੰਡ ਬੜੀ ਦੂਸਰਾ ਜਿਹੜਾ ਬਾਹਰ ਬਦਲ ਪੈਣ ਰਹੀ ਅੱਜ ਤੇ ਜੋ ਵੀ ਸੀ ਖਾਣ ਪੀਣ ਹੋਇਆ ਜਾਂ ਚਾਹ ਹੀ ਪੀਤੀ ਸਾਡੇ ਤੇ ਅੱਜ ਕੁਝ ਨਹੀਂ ਕੀਤਾ ਭਈਆ ਮਾਫ਼ਰਤ ਮੈਂ ਵਾ ਡਵਲੋਗ ਨਹੀਂ ਬਣਾ ਸਕਿਆ ਕਿਉਂਕਿ ਮੈਨਾਂ ਆਪੀ ਵੀ ਦਿਲ ਨਹੀਂ ਕਰਨੇ ਚਾਹਣੇ ਵਾਸਤੇ ਤੇ ਮੈਂ ਦਿਲ ਕਰਨਾ ਛੁੱਟੀ ਮਾਰ ਜਾਂ ਕੱਲ ਫਿਰ ਮੈਂ ਕਹਿਣਾ ਚਲ ਜੇ ਤਿੰਨ ਚਾਰ ਮਿੰਟ ਦਾ ਬਣਿਆ ਹੋਇਆ ਅਪਲੋਡ ਕਰ ਛੱਣਿਆ ਚਲੋ ਰੌਣਕ ਸ਼ੁਗਲ ਮੇਲੇ ਸਹੀ ਕਾਏ ਸਾਡਾ ਅੱਜ ਦਾ ਵਲੌਗ ਮਿਲਤ ਕਰਾ ਤੋ ਚੰਗਲਾ ਤੰਗਲਾ ਤੋ ਲਾਈਕ ਕਰੇ ਸ਼ੇਅਰ ਕਰ ਆਪ ਦੋਸਤਾਂ ਨਾਲ ਨਾ ਜਾ ਸਾਡਾ ਦੇਪਨ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨੀਰੇ ਫੇ ਮਿਲਾਂਗੇ ਅਗਲੀ ਵੀਡੀਓਜ਼ ਅਲ ਹਾਫੀਜ਼